ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਜੜੇ ਨੇ ਉਤਰਨਾ ਪ੍ਰਦਰਸ਼ਨ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਦਿੱਲੀ ਚਲੋ ਪ੍ਰੋਗਰਾਮ ਉਲੀਕਿਆ ਗਿਆ ਸੀ ਤਾ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਹੰਝੂ ਗੈਸ ਦੇ ਗੋਲੇ ਵਰਸਾਏ ਗਏ ਸੀ ਤੇ ਸੜਕਾਂ ਦੇ ਉੱਤੇ ਵੱਡੀਆਂ ਕਿਲਾ ਵੀ ਗੱਡੀਆਂ ਗਈਆਂ ਸਨ ਇਸ ਦੌਰਾਨ ਜਦੋਂ ਹੰਝੂ ਗੈਸ ਦੇ ਗੋਲੇ ਸਰਕਾਰ ਦੇ ਵੱਲੋਂ ਦਾਗੇ ਗਏ ਸਨ ਕਿਸਾਨਾਂ ਦੇ ਤਾਂ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਸਨ ਤੇ ਕਈਆਂ ਦਾ ਉਸ ਉਸ ਸਮੇਂ ਤੋਂ ਹੀ ਹੁਣ ਤੱਕ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਇਸ ਦੌਰਾਨ ਹੀ ਇੱਕ ਕਿਸਾਨ ਜਿਨ੍ਹਾਂ ਦਾ ਨਾਮ ਕਾਕਾ ਸਿੰਘ ਦੱਸਿਆ ਜਾ ਰਿਹਾ ਹੈ ਉਨਾ ਦਾ ਵੀ ਇਸੇ ਤਰੀਕੇ ਦੇ ਨਾਲ ਹੰਜੂ ਗੈਸ ਚੜਨ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਬਿਮਾਰ ਸਨ ਤੇ ਹੁਣ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਤੇ ਸ਼ਹੀਦ ਹੋ ਗਏ ਨੇ ਤਾਂ ਲਗਾਤਾਰ ਹੰਜੂ ਗੈਸ ਦੇ ਚੜਨ ਦੇ ਕਾਰਨ ਕਈ ਕਿਸਾਨ ਜੜੇ ਨੇ ਜ਼ਖਮੀ ਹੋਏ ਸਨ ਉਹਨਾਂ ਦੇ ਵਿੱਚੋਂ ਕਾਕਾ ਸਿੰਘ ਵੀ ਇੱਕ ਸਨ ਕਾਕਾ ਸਿੰਘ ਜਿਹੜੇ ਹੈ 21 ਫਰਵਰੀ ਤੋਂ ਲਗਾਤਾਰ ਬਿਮਾਰ ਸਨ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਨਾਲ ਸੰਬੰਧਿਤ ਕਿਸਾਨ ਨੇ ਖਨੋਰੀ ਬਾਰਡਰ ਦੇ ਉੱਤੇ ਧੂਮਾ ਚੜਾਉਣ ਉਪਰੰਤ ਹਾਲਤ ਵਿਗੜ ਗਈ ਜਿਸ ਕਾਰਨ ਸ਼ੁੱਕਰਵਾਰ ਨੂੰ ਉਹਨਾਂ ਦੀ ਮੌਤ ਹੋ ਗਈ ਇਸ ਸਬੰਧੀ ਬਲਾਕ ਪ੍ਰਧਾਨ ਪੂਰਾ ਸਿੰਘ ਸਲੇ ਸਲੇਮਗੜ ਜਰਨਲ ਸਕੱਤਰ ਰਾਮਪਾਲ ਸਿੰਘ ਜਲੂਰ ਅਤੇ ਖਜ਼ਾਂਜੀ ਲਖਵਿੰਦਰ ਸਿੰਘ ਡੁੱਡੀਆਂ ਨੇ ਦੱਸਿਆ ਹੈ ਕਿ ਨੇੜਲੇ ਪਿੰਡ ਪੱਟਲ ਕਲਾ ਇਕਾਈ ਆਗੂ ਕਾਕਾ ਸਿੰਘ ਪੁੱਤਰ ਸਰਬੰਸਿੰਘ ਖਨੋਰੀ ਵਿਖੇ ਚੱਲ ਰਹੇ ਤੜਨੇ ਦੇ ਵਿੱਚ 13 ਤਰੀਕ ਨੂੰ ਹੀ ਤੜਨੇ ਦੇ ਵਿੱਚ ਆ ਗਏ ਸਨ ਜੋ 21 ਫਰਵਰੀ ਨੂੰ ਅਥਰੂ ਗੈਸ ਦੇ ਗੋਲੇ ਪੁਲਿਸ ਦੇ ਵੱਲੋਂ ਛੱਡੇ ਗਏ ਜਿਨ੍ਹਾਂ ਦੇ ਕਾਰਨ ਉਸ ਨੂੰ ਧੂਆਂ ਚੜ ਗਿਆ ਕਾਕਾ ਸਿੰਘ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਜਵਾਬ ਦੇ ਜਵਾਬ ਦੇਣ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਾਫੀ ਲੰਮਾ ਟਾਈਮ ਤੱਕ ਰੱਖਿਆ ਗਿਆ ਜੋ ਅੱਜ ਆਪਣੀ ਜਿਹੜੀ ਹੈ ਸੰਸਾਰਿਕ ਯਾਤਰਾ ਉਹਨਾਂ ਨੇ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ ਜਿਨ੍ਹਾਂ ਦਾ ਸਸਕਾਰ ਸਿੱਧਪੁਰ ਦੇ ਕਿਸਾਨ ਚੰਡੀਆਂ ਦੇ ਵਿੱਚ ਲਪੇਟ ਕੇ ਪਿੰਡ ਪੁੱਟਲ ਕਲਾ ਵਿਖੇ ਕੀਤਾ ਗਿਆ ਇਸ ਮੌਕੇ ਬਲਾਕ ਪ੍ਰਧਾਨ ਪੂਰਾ ਸਿੰਘ ਸਲਮੇਗੜ ਲਖਵਿੰਦਰ ਸਿੰਘ ਡੁੱਡੀਆਂ ਸਿੰਘ ਪੋਲਾ ਸਿੰਘ ਡੁੱਡਿਆ ਨਾਹਰ ਸਿੰਘ ਤੇ ਹੋਰ ਵੀ ਕਈ ਕਿਸਾਨ ਜਿਹੜੇ ਨੇ ਮੌਕੇ ਦੇ ਉੱਤੇ ਹਾਜ਼ਰ ਸਨ ਤਾਂ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਗਏ ਨੇ ਇਹ ਕਿਸਾਨ ਜਿਹੜੇ ਨੇ 13 ਫਰਵਰੀ ਤੋਂ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਕੇਂਦਰ ਸਰਕਾਰ ਦੇ ਖਿਲਾਫ ਇਹ ਧਰਨਾ ਕਿਸਾਨਾਂ ਦੇ ਵੱਲੋਂ ਉਲੀਕਿਆ ਗਿਆ ਸੀ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੌਰਾਨ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸਾਨ ਐਮਐਸਪੀ ਦੀ ਗਾਰੰਟੀ ਸਣੇ 12 ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਹੈ ਉਹ ਕਰ ਰਹੇ ਸਨ ਤੇ ਲਗਾਤਾਰ ਦਰਨਾ ਜਿਹੜਾ ਐ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਹੁਣ ਕਿਸਾਨ ਜਿਹੜੇ ਨੇ ਲਗਾਤਾਰ ਪ੍ਰਦਰਸ਼ਨ ਅਜੀਵ ਕਾਰਏ ਨੇ ਪਰ ਜਦੋਂ ਦਿੱਲੀ ਕੁਝ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਦੌਰਾਨ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਹੰਝੂ ਗੈਸ ਦੇ ਗੋਲੇ ਸਣੇ ਜਿਹੜੀ ਐ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਦੌਰਾਨ ਜਿਹੜੇ ਐ ਖਨੋਰੀ ਬਾਰਡਰ ਦੇ ਉੱਤੇ ਸ਼ੁਕਰਨ ਜਿਹੜੇ ਨੇ ਸ਼ਹੀਦ ਹੋ ਜਾਂਦੇ ਨੇ ਗੋਲੀ ਉਹਨਾਂ ਦੇ ਸਿਰ ਤੇ ਵੱਜਦੀ ਹੈ ਤੇ ਕਈ ਕਿਸਾਨ ਜਿਹੜੇ ਐ ਉਹ ਹੰਝੂ ਗੈਸ ਜੜੇ ਦੇ ਕਾਰਨ ਜ਼ਖਮੀ ਹੋ ਜਾਂਦੇ ਨੇ ਇਸ ਦੌਰਾਨ ਹੀ ਕਈ ਜਿਹੜੇ ਕਿਸਾਨ ਸੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਕਈਆਂ ਦੀ ਸਿਹਤ ਇਸ ਕਦਰ ਵਿਗੜ ਗਈ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਕਾਕਾ ਸਿੰਘ ਵੀ ਉਹਨਾਂ ਕਿਸਾਨਾਂ ਦੇ ਵਿੱਚੋਂ ਇੱਕ ਸੀ ਸਿੱਧਪੁਰ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਸੀ ਲੰਬੇ ਸਮੇਂ ਤੋਂ ਇਸ ਯੂਨੀਅਨ ਦੇ ਨਾਲ ਜੁੜੇ ਹੋਏ ਸੀ ਤੇ ਅੱਜ ਕਿਸਾਨੀ ਚੰਡਿਆ ਦੇ ਵਿੱਚ ਉਹਨਾਂ ਦਾ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਜਾਇਆ ਗਿਆ ਤੇ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਲਗਾਤਾਰ ਬਹੁਤ ਸਾਰੇ ਕਿਸਾਨ ਅਜੇ ਵੀ ਨੇ ਜਿਹੜੇ ਅਜੇ ਵੀ ਜਿਹੜੇ ਹੰਝੂ ਗੈਸ ਦੇ ਗੋਲੇ ਚੜਨ ਦੇ ਕਾਰਨ ਉਹਨਾਂ ਦੀ ਸਿਹਤ ਬਿਗੜੀ ਸੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਐਬੀਸੀ ਪੰਜਾਬ ਦੇ ਨਾਲ